ਸ੍ਰੀਕਾਲ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਨਿਊ ਵਲੌਗ। ਤੇ ਮੈਂ ਨਾ ਪੁਰਾਣੇ ਘਰ ਆਣ ਲਵਾਂ ਹੁਣ, ਤੇ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਣੀ ਸੀ। ਉੱਦਾਂ ਮੈਂ ਵਲੌਗ ਸਟਾਰਟ ਨਹੀਂ ਕਰਨਾ ਸੀਗਾ, ਮੈਨੂੰ ਮੰਮੀ ਕਹਿੰਦੀ ਵੀ ਵਲੌਗ ਸਟਾਰਟ ਕਰ ਲਾ ਤੇ ਵਧੀਆ ਲੱਗਦਾ ਪਿਆ ਰੋਜ਼ ਕੋ ਤੁਹਾਨੂੰ ਦਿਖਾਉਣਾ। ਪਤਾ ਕਿਉਂ? ਆ ਰੱਜੀ ਸੰਤਰੇ ਖਾਂਦੀ ਆ, ਵੈਸੇ ਉਹਨੂੰ ਰੋਜ਼ ਕੋ ਨੂੰ ਸੰਤਰੇ ਬਿਲਕੁਲ ਨਹੀਂ ਪਸੰਦ ਆ ਇਹਨੂੰ, ਨਾ ਇਹ ਮਤਲਬ ਜਮਾ ਹੀ ਨਹੀਂ ਪਸੰਦ, ਇਹ ਖਾਂਦਾ ਹੀ ਨਹੀਂ। ਹਾਂ ਆਹ ਦੇਖ ਲਓ, ਇਹ ਬੜੇ ਚਿਰ ਦਾ ਸੰਤਰੇ ਦਾ ਫਾੜੀ ਪਈ ਇਹਦੇ ਚ, ਹਨਾ, ਇਹਨੇ ਖਾਧੀ ਨੀ ਤੇ ਇਹਨੇ ਪਤਾ ਹਾਂ ਉਹ ਖਾ ਗਿਆ ਹੁਣ ਖਾ ਗਿਆ ਹੁਣ ਲੈ ਰੱਜੀ ਵੇ ਖਾਂਦੀ ਪਈ ਨਾ ਇੱਥੇ ਬੈਠੀ, ਉਹਨੂੰ ਵੇਖ ਵੇਖ ਕੇ ਸ਼ਕਲ ਵੱਲ ਨਾ ਰੱਜੀ ਮੜੀ ਜੀ ਫਾੜੀ ਸਿੱਟਦੀ ਚੱਲ ਉਦੋਂ ਹੀ ਨਹੀਂ ਤੇ ਰੋਜ਼ ਕੈਚ ਹੀ ਹੋ ਗਿਆ। ਦੇਖ ਲਓ ਕੁੱਤੇ ਥੋੜੀ ਖਾਂਦੇ ਸੰਤਰੇ, ਸੁੰਤਰੇ ਵੇਖ ਲਓ ਖਾਂਦਾ। ਤੂੰ ਖਾਈ ਤੁਰੀ ਜਾਣਾ ਰੀਸ ਕਰਦਾ ਏ ਕੈਚਿੰਗ ਬਾਲ ਹੀ ਚੱਲਣ ਨਹੀਂ ਆਖਾ। ਜੇ ਅਸੀਂ ਜਿਹੜੀ ਚੀਜ਼ ਖਾਵਾਂਗੇ ਉਹ ਖਾਊਗਾ ਰੀਸਲ। ਆ ਕਹਿ ਨਹੀਂ ਖਾਂਦਾ ਹੁਣ ਖਾ ਗਿਆ ਵੇਖ ਲਾ ਮੰਮੀ। ਆਪਾਂ ਸਾਰੇ ਖਾਂਦੇ ਨਾ ਵੇਖ ਕੇ ਖਾਂਦਾ ਵੀ ਇਹ ਖਾਂਦੇ ਸਾਰੇ ਤੇ ਮੈਂ ਵੀ ਖਾਵਾਂ। ਵੇਖ ਲਾ ਇੰਨੀਆਂ ਰੀਸਾਂ ਉਹ ਚੱਲ ਬਈ ਬਸ ਕਰ ਹੁਣ ਤੂੰ ਲੱਗਦਾ ਸਾਰੇ ਖਵਾ ਦੇਣੇ ਆ। ਤੇ ਇੱਧਰ ਅੰਦਰ ਬਣਦੀ ਪਈ ਆ ਗੋਭੀ ਦੀ ਸਬਜ਼ੀ, ਗੋਭੀ ਦੀ ਸਬਜ਼ੀ ਨਾ ਮੰਮੀ, ਤੇ ਗੋਭੀ ਦੀ ਸਬਜ਼ੀ ਵਿੱਚ ਪਾਲਕ ਪਾਈ ਆ ਤੇ ਧਨੀਆ ਸ਼ਾਇਦ ਪਾਇਆ ਵਾ ਹੋਰ ਲਾ ਕੇ, ਥੋੜ੍ਹੀ ਜਿਹੀ ਨਾ ਸਬਜ਼ੀ ਗੋਭੀ, ਗੋਭੀ ਦਾ ਫੁੱਲ ਇੱਕ ਸੀ ਮੰਮੀ ਨਾਲ ਫਿਰ ਰਾਤ ਦੀ ਸਬਜ਼ੀ ਤਾਂ ਬਣਾਉਣੀ ਤੇ ਬਣਾ ਲਈ। ਗਾਇਸ ਦੇਖੋ ਕੱਪੜੇ ਫੋਲੀ ਆਉਂਦੇ, ਪੂਰਾ ਦਿਨ ਲੰਘ ਚੱਲਿਆ ਤੇ ਕਹਿੰਦੇ ਗੁਲਾਬ ਨਾਲੇ ਗੁਲਾਬ ਜਾਮਨ ਬਣਾਉਣੇ ਆ ਤੇ ਨਾਲੇ ਕੱਪੜੇ ਫੋਲੀ ਆਉਂਦੇ। ਆਇਆ ਮੰਮੀ ਆਇਆ ਆਇਆ ਚੱਲ ਗੁਲਾਬ ਜਾਮਨ ਬਣਾਈਏ। ਰੋਟੀ ਪਾਣੀ ਕੀਤਾ ਸਬਜ਼ੀ ਸੁਬਜ਼ੀ ਦਾਦੀ ਰੋਟੀ ਰੋਟੀ ਨਹੀਂ ਖਾਣੀ। ਚਲੋ ਗਾਇਸ ਗੁੱਡ ਮਾਰਨਿੰਗ, ਤੇ ਹੁਣ ਅਸੀਂ ਪੱਠੇ ਚੱਲੇ ਆਂ। ਦੇਖੋ ਇੱਧਰ ਲਾਪਰੀ ਤੇ ਬੈਠਾ ਪੱਠਿਆਂ ਦੇ ਉੱਪਰ, ਜੇ ਰੇੜੀ ਪਲਟ ਗਈ ਤੇ ਵੇਖੋ ਬੁਰਾ ਹਾਲ ਹੁੰਦਾ। ਰੇੜੀ ਨਹੀਂ ਪਲਟਣੀ, ਡਰਾਈਵਰ ਸਹੀ ਹੋਵੇ ਫਿਰ ਨਹੀਂ ਪਲਟਦੀ ਹੁੰਦੀ, ਪਰ ਮੈਂ ਪਲਟਾਉਂਗਾ ਮਜ਼ਾ ਵੀ ਲਵਾਂਗੇ ਨਾ। ਕਿਵੇਂ ਮਜ਼ਾ ਇਸ ਕਾ? ਤੂੰ ਨਾ ਮੋੜ ਮੋੜ ਕੇ ਵੇਖ ਮੈਨੂੰ ਕਿਉਂ ਤੈਨੂੰ ਮੈਂ ਚੁੱਡਾ ਪਾ ਕੇ ਬੈਠਾ। ਗਾਇਸ ਦੇਖੋ ਅਸੀਂ ਪੱਠੇ ਕੁਤਰਨ ਡਏ ਆ, ਦੇਖੋ ਮੰਮੀ ਹੁਣੀ ਲਾਉਣ ਡਿਆ ਤੇ ਮੈਂ ਇੱਧਰ ਵੇਖੋ ਮੈਂ ਇੱਧਰ ਪਟਾ ਪਟਾ ਰੋਕਿਆ ਹੋਇਆ ਵੀ ਲੱਥੇ ਨਾ ਅੱਗੇ ਬੜੀ ਵਾਰੀ ਲੈ ਗਿਆ ਤੇ ਇੱਥੇ ਕੋਈ ਹੈ ਨਹੀਂ ਗਾ, ਨਹੀਂ ਤਾਂ ਆਪ ਹੀ ਮੈਂ ਕੁਤਰ ਲੈਣੇ ਸੀਗੇ। ਅੱਜ ਜਿਹੜਾ ਬਾਕੀ ਥੋੜ੍ਹਾ ਜਿਹਾ ਝੋਨਾ ਬਚਿਆ ਸੀਗਾ ਤੇ ਅੱਜ ਉਹ ਵੱਢਦੇ ਪਏ ਹਾਂ ਤੇ ਆਪਾਂ ਚੱਲਦੇ ਹਾਂ ਫਿਰ, ਟਰਾਲੀਆਂ ਦੋ ਕੀ ਹੋਣੀਆਂ ਵਾ ਤੇ ਆਪਾਂ ਘਰੇ ਲੈ ਕੇ ਆ ਜਾਈਏ। ਚਲੋ ਜੀ ਆ ਗਈ ਮਸ਼ੀਨ, ਪਹਿਲਾਂ ਪੁੱਲ ਤੇ ਵੱਢਿਆ ਤੇ ਹੁਣ ਇੱਥੇ ਆ ਗਈ ਆ ਬਈ। ਰਾਤ ਹੋਣ ਵਾਲੀ ਆ, ਅੱਜ ਸ਼ਾਇਦ ਮੇਰੇ ਕੋਲ ਵੀਡੀਓ ਨਾ ਪਵੇ, ਮੈਨੂੰ ਅੱਜ ਯਾਦ ਹੀ ਨਹੀਂ ਵੀ ਵੀਡੀਓ ਵਲੌਗ ਵੀ ਬਣਾਉਣਾ ਵਾ ਮੈਂ। ਤੇ ਦੇਖ ਲਓ ਸੂਰਜ ਕਿੱਥੇ ਆ ਤੇ ਇੱਧਰ ਮਸ਼ੀਨ ਲੱਗ ਗਈ ਆ, ਦੇਖ ਲਓ ਸਾਹਮਣੇ ਆ ਗਈ ਮਸ਼ੀਨ। ਚਲੋ ਚਲੋ ਗਾਏ ਸੁਣ ਅਸੀਂ ਲੱਗੇ ਹੋਏ ਹਾਂ ਹੁਣ, ਮੈਂ ਮਸ਼ੀਨ ਤੇ ਬੜੇ ਚਿਰ ਬਾਅਦ ਚੜਿਆ ਨਹੀਂ ਤੇ ਟਰੈਕਟਰ ਹੀ ਭਜਾਈ ਜਾਂਦਾ ਸੀ। ਆਹ ਦੇਖ ਲਓ ਦਾਣੇ ਆਉਂਦੇ ਪੈ, ਟੈਂਕੀ ਭਰ ਚੱਲੀ ਥੋੜ੍ਹੇ ਚਿਰ ਨੂੰ ਘਰ ਜਾਣੀ ਹੁਣ, ਥੋੜ੍ਹਾ ਜਿਹਾ ਥਾਂ ਰਹਿ ਗਿਆ ਇਸ ਤੋਂ ਬਾਅਦ ਮੜਾ ਜਿਹਾ ਉਹ ਆ ਗਾਂ ਆ ਖਤਮ। ਜਦੋਂ ਗਾਇਸ ਟਰੈਕਟਰ ਤਾਂ ਨੂੰ ਚਕਿੰਦਾ ਨਾ ਬਹੁਤ ਮਜ਼ਾ ਆਉਂਦਾ, ਇੱਕੇ ਵਾਰੀ ਤਾਂ ਨੂੰ ਉੱਠਦਾ ਵਜਨ ਬਹੁਤ ਹੈ ਨਾ ਪਿੱਛੇ, ਇਹ ਅੱਗੋਂ ਹੋਲਾ ਵਾ ਟਰੈਕਟਰ ਦੂਜਾ ਭਾਰਾ ਵਾ ਅੱਗੋਂ। ਚਲੋ ਗਾਇਸ ਗੁੱਡ ਮਾਰਨਿੰਗ, ਤੇ ਸਾਡੀਆਂ ਨਾ ਮੰਮੀ ਹੁਣੀ ਕਹਿੰਦੇ ਵੀ ਬਾਰੀ ਨਹੀਂ ਲੱਗਦੀ ਪਈ ਤੇ ਇੱਥੇ ਅਸੀਂ ਪਤਾ ਕੀ ਸੋਚਿਆ ਪੁਰਾਣੇ ਅੰਦਰ ਦਾ, ਮੰਮੀ ਹੁਣੀ ਕਹਿੰਦੇ ਵੀ ਇੱਦਾਂ ਕਰਾਂਗੇ ਮਿਸਤਰੀ ਨੂੰ ਬੁਲਾ ਕੇ ਨਾ ਇੱਥੇ ਬੂਹਾ ਲਵਾ ਦਾਂਗੇ, ਮਤਲਬ ਇੱਧਰ ਇੱਧਰੋਂ ਬੰਦ ਹੀ ਕਰਾ ਦਾਂਗੇ ਹਨਾ, ਕੰਧ ਮਤਲਬ ਕਰ ਦਾਂਗੇ ਤੇ ਇੱਥੇ ਬੂ ਗੇਟ ਲਵਾ ਦਾਂਗੇ ਵਿਚਕਾਰੇ ਤੇ ਇੱਧਰੋਂ ਵੀ ਬੰਦ ਕਰਾ ਦਾਂਗੇ ਹਨਾ। ਤੇ ਇਹ ਵੈਸੇ ਤਾਂ ਗਲੀ ਵੀ ਹਨਾ ਪਈ ਆ ਤੇ ਮੰਮੀ ਹੁਣੀ ਕਹਿੰਦੇ ਵੀ ਇਹ ਲੱਗਦੇ ਨਹੀਂ ਪਈਆਂ ਇੱਥੋਂ, ਦੇਖੋ ਇੱਧਰ ਆਹ ਦੇਖੋ ਆਹ ਇੱਥੋਂ ਮੈਨੂੰ ਲੱਗਦਾ ਸੇਕ ਖਾ ਗਈ ਆ ਦੇਖੋ, ਉਹ ਉੱਤੋਂ ਵੈਸੇ ਤਾਂ ਚੱਲ ਕੁੰਡੀ ਹਨਾ ਆ ਲੌਕ ਹੋਈ ਹੋਈ ਇਹ ਨਹੀਂ ਲੱਗਦੀ, ਅੱਗੇ ਲੱਗ ਜਾਂਦੀ ਸੀ। ਹਾਏ ਗੰਦੀ ਕਿਰਲੀ ਨਿਕਲੀ ਵਿੱਚ ਆ ਜਾਣੀ, ਇਹ ਕਿੱਥੋਂ ਲੱਗੂ ਬਾਰੀ ਮੰਮੀ, ਇਹਦਾ ਤਾਂ ਟੁੰਡੀ ਬਾਹਰ ਆ ਗਿਆ ਹੋਏ। ਚਲੋ ਬਈ ਕੈਮਰੇ ਦੀ ਬੈਟਰੀ ਲੋ ਹੋ ਗਈ ਦੂਜੇ ਦੀ ਗੋਪਰੋ ਦੀ, ਫਿਰ ਹੁਣ ਮੈਂ ਆਈਫੋਨ ਫੜ ਲਿਆ ਤੇ ਆਪਾਂ ਨੂੰ ਕੋਠੇ ਤੇ ਜਾਣਾ, ਕੋਠੇ ਤੇ ਆਪਣੇ ਨਾ ਬੜੇ ਦਿਨਾਂ ਦੇ ਪਟਾਕੇ ਪਏ ਉਹਨਾਂ ਤੇ ਨਾ ਤਰੇਲ ਪੈਂਦੀ ਰਹਿੰਦੀ ਆ ਤੇ ਮੈਂ ਕਿਹਾ ਖਰਾਬ ਨਾ ਹੋ ਜਾਣ, ਆਪਾਂ ਸਾਰੇ ਲਿਆ ਕੇ ਧੁੱਪੇ ਫੋਲ ਦਿੰਦੇ ਹਾਂ ਤੇ ਬਾਅਦ 'ਚ ਆਪਾਂ ਟਕਾ ਕੇ ਤੇ ਰੱਖ ਦਿੰਦੇ ਹਾਂ ਪੈਕ ਕਰਕੇ। ਬੜੇ ਦਿਨਾਂ ਦੇ ਇੱਦਾਂ ਹੀ ਪਏ ਰਹਿ ਗਏ, ਕੋਈ ਨਹੀਂ ਵੇਖਦਾ ਵੂਖਦਾ, ਮੈਂ ਕਿਹਾ ਬਈ ਐਵੇਂ ਖਰਾਬ ਹੀ ਹੁੰਦੇ ਇੱਥੇ ਪਏ। ਆਹ ਦੇਖੋ ਗਾਇਸ ਇੰਨੇ ਪਟਾਕੇ ਪਏ ਸੀ ਉੱਪਰ ਤੇ ਹੁਣ ਅਸੀਂ ਇਹਨਾਂ ਨੂੰ ਥੱਲੇ ਚੱਲੇ ਹਾਂ
ਤੇ ਉਦੋਂ ਦੇ ਇੱਥੇ ਪਏ ਹੋਏ ਸੀ ਕਿਉਂਕਿ ਇੱਥੇ ਤਰੇਲ ਪੈਂਦੀ ਮੈਂ ਕਿਹਾ ਖਰਾਬ ਹੀ ਨਾ ਹੋ ਜਾਣ ਇੱਥੇ ਪਏ ਹੋਏ ਇੰਨੇ ਓਨੇ ਦਿਨਾਂ ਦੇ ਦੀਵਾਲੀ ਦੇ ਤੇ ਉੱਦਾਂ ਤਾਂ ਇੱਥੇ ਚਲੋ ਸਫਾਈ ਕਰਤੀ ਆ ਤੇ ਮੰਮੀ ਨੂੰ ਮੈਂ ਲੈ ਆਉਂਦਾ ਮੈਂ ਕਿਹਾ ਚਲੋ ਆਪਾਂ ਚੱਕ ਕੇ ਮੇਜ਼ ਦੇ ਸਣੇ ਲੈ ਆਉਂਦੇ ਮੇਜ਼ ਵੀ ਚੱਲ ਜੂ ਥੱਲੇ ਚੱਲੀਏ ਮੰਮੀ ਚਲੋ ਬਾਈ ਹੁਣ ਅਸੀਂ ਨਾ ਟਕਾ ਟਕਾ ਕੇ ਰੱਖਣ ਦਾ ਇੱਥੇ ਧੁੱਪੇ ਦੇਖ ਲਓ ਤੇ ਮੰਮੀ ਸਾਰੇ ਖੋਲ ਦਿਓ ਡੱਬੇ ਆਹ ਹੈਲੀਕਾਪਟਰ ਦੇਖੋ ਇਹ ਨਹੀਂ ਇੰਨੇ ਸਭ ਖਾਸ ਚੱਲੇ ਦੂਜੇ ਹੈਲੀਕਾਪਟਰ ਜਿਹੜੇ ਮਨੀਤਾ ਦੇ ਉਹ ਘੈਂਟ ਸੀ ਇਹ ਤੋਂ ਵੀ ਚਲ ਆਹ ਇੱਕ ਹੀ ਰਹਿ ਗਿਆ ਹਨਾ ਚੱਲ ਹੀ ਗਏ ਸਾਰੇ ਚਲਾ ਤੇ ਚਿੱਟ ਪੁੱਟ ਹਨਾ ਇਹ ਤਾਂ ਉਦਾਂ ਹੀ ਪੈਕਟ ਚ ਹੀ ਆ ਬਾਹੂਬਲੀ ਖੋਲਣੇ ਮੈਂ ਧੁੱਪੇ ਸੁੱਕ ਜਾਣਗੇ ਤਰੇਲ ਚ ਤਰੇਲ ਚ ਪਏ ਹੋਏ ਸੀ ਓਦਾਂ ਹੀ ਉੱਤੇ ਰੱਖੇ ਖੁੱਲੇ ਥਾਂ ਤੇ ਦੇਖੋ ਇੱਧਰ ਮੈਂ ਪੁੱਠਾ ਪੰਗਾ ਲੈ ਲਿਆ ਰੋਸਕੋ ਵੀ ਵੇਂਦਾ ਵੀ ਤਾਂ ਨਹੀਂ ਇਹਦੇ ਕੀ ਹੋਇਆ ਵਾ ਤੇ ਮੈਂ ਨਾ ਉਹ ਜਿਹੜੀ ਇੱਕ ਸੀ ਨਾ ਕੀ ਸੀਗਾ ਉਹਨੂੰ ਕਹੀਦਾ ਹੱਥ ਚ ਪੜ ਕੇ ਚਲਾਉਣ ਵਾਲੀ ਸੀਗੀ ਫੁੱਲ ਝੜੀ ਵਰਗੀ ਤੇ ਉਹ ਮੈਂ ਕਿਤੇ ਨਾ ਮਸਾਲਾ ਉਹਦਾ ਕੱਢ ਕੇ ਉਹਨੂੰ ਅੱਗ ਲਾ ਤੀ ਇੱਕੇ ਵਾਰੀ ਉਹ ਭਬਾਰ ਆਇਆ ਤਾਂ ਉਹਨੂੰ ਪਿਆ ਤੇ ਮੇਰਾ ਹੱਥ ਤੇ ਉਹ ਪੈ ਗਈ ਤੇ ਮੈਂ ਹੁਣ ਪੇਸਟ ਲਾਈ ਫਿਰਦਾ ਤੇ ਰੋਸਕੋ ਨੂੰ ਵੀ ਪਤਾ ਲੱਗ ਗਿਆ ਵੀ ਇਹਦੇ ਕੁਛ ਹੋਇਆ ਬਾਅਦ ਮੈਂ ਹਿਲਾਉਣਾ ਨਾ ਤੇ ਵੇਂਦਾ ਕੀ ਹੋਇਆ ਆ ਵੇ ਆਹ ਚੀਜ਼ 'ਚ ਸੀਗੇ ਆਹ ਸਪਾਰਕਲ ਜਿਹਾਂ 'ਚੋਂ ਐਂ ਕੱਢਦਾ ਸੀਗਾ ਵੇ ਵਿੱਚੋਂ ਮਸਾਲਾ ਨਿਕਲਦਾ ਨਾ ਆਵੇ ਇਹ ਜਿਹੜਾ ਪੁੱਠਾ ਪੰਗਾ ਹੀ ਲੈ ਲਿਆ ਉਹ ਚੱਲੇ ਨਹੀਂ ਸੀ ਨਾ ਦੀਵਾਲੀ 'ਚ ਤਾਂ ਮੈਂ ਕਿਹਾ ਵੇਹਨੇ ਹਾਂ ਤਾਂ ਮੈਂ ਡੱਬੀ ਉੱਤੇ ਰੱਖਦੀ ਮਸਾਲਾ ਇੱਕ ਵਾਰੀ ਸੜ ਗਿਆ ਮੈਂ ਇੱਥੇ ਇਹਨੂੰ ਇੱਥੇ ਛਾਲਾ ਪੈ ਗਿਆ ਹੁਣ ਆਹ ਐਵੇਂ ਹੀ ਮੈਂ ਇੱਥੇ ਅੱਗ ਜੀ ਲਾ ਤੀ ਮੈਂ ਕਿਹਾ ਮਸਾਲਾ ਵੈਸੇ ਵੀ ਆਹ ਹੁਣ ਮੈਂ ਦੇਖੋ ਬਰਫ਼ ਉਦੋਂ ਦੀ ਪੜੀ ਹੋਈ ਡੇਢ ਘੰਟਾ ਹੋ ਗਿਆ ਹੁਣ ਹਟਿਆ ਸਾਰ ਉਹ ਗੈਸ ਹੁਣ ਮੈਂ ਖਾਣ ਲੱਗਾ ਸ਼ਕਰਗੰਦੀਆਂ ਦੇਖੋ ਇੱਧਰ ਮੈਂ ਬਾਲ ਕੇ ਲਿਆਇਆ ਸੀਗਾ ਤੇ ਮੰਮੀ ਲੂਣ ਹੈਗਾ ਲੂਣ ਸ਼ਕਰਗੰਦੀ ਖਾਣੀ ਸੀ ਲਿਆ ਦੇਣਾ ਹਟ ਗਿਆ ਆਵੇ ਇੱਕ ਹੀ ਹੋਇਆ ਆਵੇ ਮੰਮੀ ਜੋ ਸ਼ਹਿਰ ਖਾਈਏ ਨਾ ਸ਼ਕਰਗੰਦੀਆਂ ਚਟਣੀ ਜੀ ਨਾਲ ਲਾ ਕੇ ਦਿੰਦੇ ਪਾ ਕੇ ਤੋਂ ਬਹੁਤ ਸਵਾਦ ਲੱਗਦੀਆਂ ਪਰ ਇੱਥੇ ਤਾਂ ਆਪਣੇ ਕੋਲ ਹੈ ਨਹੀਂ ਨੇ ਕੱਟ ਕੇ ਵਿੱਚ ਸੇਬ ਸੂਬ ਨਹੀਂ ਤੇ ਪਾਵਾਂ ਮਾ ਸਵਾਦ ਵੀ ਹੋਰ ਲੱਗੂ ਇੱਧਰ ਦੇਖੋ ਬੀਬੀ ਨੂੰ ਲਾ ਕੇ ਦਿੱਤੀ ਗੁਰੂ ਨਾਨਕ ਦੇਵ ਜੀ ਬਾਬਾ ਦੀ ਕਥਾ ਲਾ ਕੇ ਦਿੱਤੀ ਆ ਤਾਂ ਵਧੀਆ ਬੀਬੀ ਲੱਗਣ ਡਈ ਚਲੋ ਗਾਇਸ ਹੁਣ ਮੈਂ ਸਿਰ ਨਹਾਉਣਾ ਸੀਗਾ ਤੇ ਹੁਣ ਮੈਂ ਚੱਲਿਆ ਵਾਂ ਸ਼ੈਂਪੂ ਲੈਣ ਵਾਸਤੇ ਪਜਾਮਾਂ ਦੇ ਇਕੱਠੇ ਪੁੜੀਆਂ ਲੈ ਆਉਣੀਆਂ ਕਲੀਨਿੰਗ ਪਲੱਸ ਰੁਪਈਏ ਦੀ ਇੱਕ ਨਾ 50 ਇਕੱਠੀਆਂ ਆ ਜਾਣੀਆਂ ਤਾਂ ਪਜਾਮਾਂ ਦੀਆਂ ਇਕੱਠੀਆਂ ਲੈ ਆਉਣੀਆਂ ਮੈਂ ਮੁੱਕਣ ਗਈ ਆਣਾ ਤੇ ਚਲੋ ਚੱਲਦੇ ਹਾਂ ਫਿਰ ਦੇਖੋ ਸ਼ੈਂਪੂ ਲੈ ਆਉਂਦੇ ਦੇਖੋ ਲੜੀ ਉਹ ਡੇਗੀ ਪੈ ਤੇ ਆਪਾਂ ਹੁਣ ਨਹਾ ਗਏ ਪਹਿਲਾਂ ਫਿਰ ਮਿਲਦੇ ਹਾਂ ਬਈ ਮੈਂ ਸਿਰ ਨਾ ਆਇਆ ਵਾਂ ਤੇ ਹੁਣ ਮੈਂ ਤੁਹਾਨੂੰ ਵਿਖਾਉਣਾ ਵਾ ਰੱਜੀ ਉਹਨਾਂ ਨੇ ਲੱਡੂ ਬਣਾ ਲਏ ਮੈਂ ਹੈਰਾਨ ਇਹਨਾਂ ਨੇ ਕਿੱਧਰੋਂ ਲੱਡੂ ਵਧੀਆ ਬਣਾ ਲਏ ਤੇ ਇਹ ਵੇਖੋ ਵੱਟ ਉੱਟ ਕੇ ਹੁਣ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਲੱਡੂ ਬਣਾ ਲਏ ਇਹਨਾਂ ਨੇ ਦੇਖੋ ਹਨਾ ਹੁਣ ਪ੍ਰੋਫੈਸ਼ਨਲ ਲੱਡੂ ਬਣੇ ਇਹ ਨਹੀਂ ਕਿ ਮਤਲਬ ਮੈਂ ਇਹ ਖਾਧਾ ਵੀ ਪਹਿਲਾਂ ਵੀ ਤੇ ਹੁਣ ਬੜੇ ਘੈਂਟ ਬਣੇ ਤੁਹਾਨੂੰ ਦੱਸਦਾ ਸਵਾਲ ਇਹਨਾਂ ਦੇ ਚੈਨਲ ਤੇ ਵੇਖਿਓ ਤੁਸੀਂ ਬੜੇ ਵਧੀਆ ਬਣੇ ਬੇਬੀ ਕਿੰਨੇ ਘੈਂਟ ਸੀ ਲੱਡੂ ਹਨਾ ਬੜੇ ਘੈਂਟ ਸੀ ਨਾ ਚਲੋ ਗਾਇਸ ਹੁਣ ਤਾਂ ਵੈਸੇ ਮੈਂ ਸਿਰ ਸਕਾਉਣਾ ਮੈਂ ਵਾਲ ਸਕਾਉਣੇ ਆ ਤੇ ਫਿਰ ਵਾਹੁਣਾ ਵੀ ਆ ਤੇ ਇਸ ਲਈ ਮੈਂ ਕਿਹਾ ਵਲੌਗ ਦਾ ਐਂਡ ਕਰ ਦਈਏ ਬਾਈ ਜਿਮ ਵੀ ਜਾਣਾ ਵਾ ਬਾਬਾ ਜੇ ਚਿਰ ਦਾ ਮੈਂ ਗਿਆ ਨਹੀਂ ਆ ਜੇ ਤੁਹਾਨੂੰ ਵਧੀਆ ਲੱਗਾ ਵਲੌਗ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਬਾਏ।